ਟਰੈਕਟਰ ਆਹ ਬੰਦੇ ਨੇ ਮੈਨੂੰ ਲੱਤ ਦਿੱਤਾ ਜੇ ਮੈਨੂੰ ਇਹਨੇ ਫਸਾਇਆ ਜੇ ਆਪ ਇਹਨੇ ਡੀਲਰਸ਼ਿਪ ਹੋਰ ਲੈ ਲਈ ਹੈ ਤੇ ਮੈਨੂੰ ਇਹ ਸ਼ਾਮ ਤੱਕ ਡਿਲਕਸ ਟਰੈਕਟਰ ਲਿਆ ਕਿਸੇ ਕੰਮ ਨਹੀਂ ਹੈ ਡਿਲਕਸ ਮਾਡਲ ਮੈਂ ਤਾਂ ਅਸਲਾਮ ਅਲੈਕਮ ਦੋਸਤੋ ਰੰਧਾਵਾ ਵਲੋਗ ਯੂਟਿਊਬ ਚੈਨਲ 'ਤੇ ਖੁਸ਼ ਆਮਦੀਦ ਹਾਂਜੀ ਉਮੀਦ ਕਰਦੇ ਜੀ ਤਮਾਮ ਦੋ ਠੀਕ ਠਾਕ ਹੋਣਗੇ ਹਾਂਜੀ ਸਾਡੇ ਨਾਲ ਮੌਜੂਦ ਆ ਜੀ ਸਰਦਾਰ ਸਾਹਿਬ ਅਤੇ ਇਹਨਾਂ ਲਿਆ ਸੀ ਟਰੈਕਟਰ ਦੀ ਲੈਕਸ 385 ਲੈ ਕੇ ਇਹਨੂੰ ਜਿਹੜਾ ਵਾ ਏਸੀ ਕੇਬਲ ਲਵਾਇਆ ਅਤੇ ਉਹ ਇਸ ਸਾਈਡ 'ਤੇ ਦੇ ਸਕਦੇ ਮਰਗਾੜ ਪਏ ਖੱਟੇ ਅਤੇ ਇਹ ਆਪਾਂ ਸਰਦਾਰ ਸਾਹਿਬ ਨਾਲ ਮੁਕੰਮਲ ਗੱਲਬਾਤ ਕਰਦੇ ਹਾਂ ਕਿ ਇਹ ਟਰੈਕਟਰ 'ਤੇ ਕਿੰਨੇ ਪੈਸੇ ਲੱਗੇ ਤੁਹਾਡੇ ਕੈਬਨ ਲਵਾਉਣ ਦੇ ਔਰ ਮੁਕੰਮਲ ਜੋ ਵੀ ਤਫਸੀਲ ਆ ਉਹ ਆਪਾਂ ਸਰਦਾਰ ਸਾਹਿਬ ਕੋਲ ਲੈਂਦੇ ਹਾਂ ਵਾਲੇਕੁਮ ਅਸਲਾਮ ਜੀ ਸਰਦਾਰ ਜੀ ਕੀ ਹਾਲ ਚਾਲ ਜੀ ਅਲਹਮਦੁਲਿਲਾ ਇਹ ਜਨਾਬ 2024 ਮਾਡਲ ਡਿਲਕਸ ਜੀ 4x4 ਇਹ ਜਨਾਬ ਪਹਿਲੇ ਕੈਬਨ ਲਵਾਇਆ ਸੀ ਤੇ ਉਹਦੇ ਫਾਲਟ ਨਿਕਲਿਆ ਤੇ ਕੈਬਨ ਚੇਂਜ ਕੀਤਾ ਤੇ ਹੁਣ ਵਾਲੇ ਦੇ ਨਾਲ ਮਰਗਾਟ ਦਿੱਤੇ ਨੇ ਇਹਨਾਂ ਯਾਨੀ ਕਿ ਇਹਦੇ ਨਾਲ ਜੁਆਇੰਟ ਨੇ ਮਰਗਾਟ ਪਹਿਲੇ ਕੰਮ ਵਿੱਚ ਇੱਕ ਤਾਂ ਏਅਰ ਟਾਈਟ ਨਹੀਂ ਸੀ ਘੱਟਾ ਆਉਂਦਾ ਸੀ ਪਾਣੀ ਸ਼ਾਣੀ ਆਉਂਦਾ ਸੀ ਵਿੱਚ ਜਦੋਂ ਸਰਵਿਸ ਕਰੀਦਾ ਸੀ ਅਤੇ ਇਹ ਹੁਣ ਬਦਲਿਆ ਅਤੇ ਕਾਫੀ ਅੱਛਾ ਮਾਸ਼ਾ ਅੱਲਾ ਜ਼ਬਰਦਸਤ ਹੋ ਗਿਆ ਕੰਮ ਇਹ ਜਨਾਬ ਕੈਬਨ ਆਪਾਂ ਨੂੰ ਲੱਗਿਆ ਤਕਰੀਬਨ 5,30,000 ਦਾ ਟਰੈਕਟਰ ਆਹ ਬੰਦੇ ਨੇ ਮੈਨੂੰ ਲੱਤ ਦਿੱਤਾ ਜੇ ਮੈਨੂੰ ਇਹਨੇ ਫਸਾਇਆ ਜੇ ਆਪ ਇਹਨੇ ਡੀਲਰਸ਼ਿਪ ਹੋਰ ਲੈ ਲਈ ਹੈ ਤੇ ਮੈਨੂੰ ਇਹ ਸ਼ਾਮ ਤੱਕ ਡਿਲਕਸ ਟਰੈਕਟਰ ਲਿਆ ਕਿਸੇ ਕੰਮ ਨਹੀਂ ਹੈ ਡਿਲਕਸ ਮਾਡਲ ਮੈਂ ਤਾਂ ਇਹ 20 ਘੰਟੇ ਜੇ ਚੱਲਿਆ ਜੀ ਇਹਦਾ ਡੀਜ਼ਲ ਪੰਪ ਅਸੀਂ ਕਰਵਾ ਦਿੱਤਾ ਕੰਪਨੀ ਨੇ ਕੋਈ ਕਲੇਮ ਦਿੱਤਾ ਪਹਿਲੇ ਉਦੋਂ ਯੂਨਿਟ ਲੀਕ ਹੋਈ ਜਦੋਂ ਲਿਆਂਦਾ ਉਦੋਂ ਮੈਂ ਯੂਨਿਟ ਚੇਂਜ ਕਰਤੀ ਇਹਦੇ ਪੰਪ ਨਹੀਂ ਹੋਇਆ ਪੰਪ ਮੈਂ ਪੈੜੀ ਦੇ ਵਿੱਚ ਹੀ ਕਰਵਾਇਆ 30,000 ਰੁਪਇਆ ਮੇਰਾ ਲੱਗਾ ਇਹਦੇ 'ਤੇ ਖਾਲੀ ਡੀਜ਼ਲ ਪੰਪ 'ਤੇ ਨਹੀਂ ਰਾਬਤਾ ਵੀ ਨਹੀਂ ਕੀਤਾ ਮੈਂ ਕੰਪਨੀ ਨੇ ਐਵੇਂ ਲਮਕਾਉਣਾ ਹੀ ਹੈ ਹਫ਼ਤਾ ਦੋ ਹਫ਼ਤੇ ਟਰੈਕਟਰ ਉੱਥੇ ਫੀਲਡ ਹੀ ਖੜਾ ਰਹਿ ਇਸ ਵਾਸਤੇ ਦੋਸਤੀ ਬਣਾਉ ਦੂਸਰਾ ਮਾਡਲ ਜਿਹੜਾ ਪਹਿਲਾਂ ਹੈ ਨਾ ਆਮ ਸਾਦਾ ਉਹ ਬਿਹਤਰ ਹੈ ਡਿਲਕਸ ਕਿਤੇ ਸਿਰਫ ਨਾਮ ਹੈ ਡਿਲਕਸ ਹੈ ਬਾਕੀ ਇਹਦੇ 'ਚ ਕੋਈ ਉਹਦੇ ਤੋਂ ਅੱਛੀ ਚੀਜ਼ ਨਹੀਂ ਹੈਗੀ ਇੱਕ ਇਹ ਆ ਦੂਸਰੀ ਸਾਈਡ 'ਤੇ ਉਹ ਲੀਕਾਂ ਸ਼ੀਕਾਂ ਇਹਨੇ ਸਾਰੀਆਂ ਕਰਦੀਆਂ ਦੇਖੋ ਆ ਲਿਫਟੀ ਪੰਪ ਇਹਦੇ ਇਹਨੂੰ ਵੀ ਦੋ ਵਾਰੀ ਚੇਂਜ ਕਰਵਾ ਦਿੱਤਾ ਸੀ ਨਹੀਂ ਉੱਥੇ ਹੀ ਕੀਤਾ ਪਿੰਡ ਹੀ ਕਰਵਾਇਆ ਹਾਂਜੀ ਆਪੇ ਬਾਹਰੋਂ ਮਾਰ ਕੇ ਕੰਪਨੀ ਅਸਲ ਟਰੈਕਟਰ ਠੱਲਣਾ ਬੜਾ ਔਖਾ ਦਿਸਦਾ ਜ਼ਿਮੀਂਦਾਰਾਂ ਦੇ ਦਿਨ ਨੇ ਮੱਕੀ ਦਾ ਝੋਨੇ ਦਾ ਸੀਜ਼ਨ ਹੈ ਮੁੰਜੀ ਦਾ ਇਸ ਘਰ 'ਤੇ ਟਰੈਕਟਰ ਜਿਹੜਾ ਨਾ ਖੜਾ ਕਰਨਾ ਬੜੀ ਮੁਸ਼ਕਿਲ ਇਹ ਪੰਪ ਵਾਸਤੇ ਟਰੈਕਟਰ 2-3 ਦਿਨ ਖੋਵੇਗਾ ਅਤੇ ਪੰਪ ਰਿਪਲੇਸਮੈਂਟ ਹੋਵੇਗਾ ਹਾਂਜੀ ਨਹੀਂ ਨਹੀਂ ਇਹ ਸ਼ੋ ਬਦਲੀ ਹੈ ਸ਼ੋ ਟਾਪੇ ਲੈ ਤਾਂ ਹੈ ਜੈਨੂਅਨ ਹੀ ਨੇ ਪੇਂਟ ਨੋਨ ਜੈਨੂਅਨ ਕਰਵਾਇਆ ਯਾਨੀ ਕਿ ਬਾਹਰੋਂ ਹਾਂਜੀ ਹੋਰ ਲਾਤ ਕਰ ਰੱਖੀ ਇਹ ਪੇਂਟ 'ਤੇ ਤਕਰੀਬਨ ਸ਼ੋ ਪੇਂਟ 'ਤੇ 1,00,000 ਰੁਪਈਆ ਲੱਗ ਗਿਆ ਸ਼ੋ 'ਤੇ ਪੇਂਟ 'ਤੇ ਦੋਵਾਂ ਪੇਂਟ ਹਾਂਜੀ ਪੇਂਟ ਬਾਕੀ ਮੇਰਾ ਦੋਸਤ ਮਾਸ਼ਾਅੱਲਾ ਕਾਫੀ ਅੱਛਾ ਕੰਮ ਕਰਦਾ ਹੈ ਪੇਂਟ ਕਮਾਲ ਦਾ ਕਰਦਾ ਹੁਣ ਇਹਨੂੰ ਵੀ ਯੈਲੋ ਹੀ ਕਰਨਾ ਉੱਥੇ ਜਾ ਕੇ ਹਾਂਜੀ ਕੈਬਨ ਨੂੰ ਵੀ ਯੈਲੋ ਹੀ ਹਾਂਜੀ ਏਸੀ ਹੀਟਰ
ਹਾਂਜੀ 5,30,000 ਦੋਵੇਂ ਚੀਜ਼ਾਂ ਸ਼ੋ ਤੇ ਕਲਰ ਦਾ ਅਸੀਂ 1,00,000 ਰੁਪਇਆ ਦਿੱਤਾ 1,00,000 ਹਾਂਜੀ ਇਹ ਰਿਆਜ਼ ਭਾਈ ਨੇ ਤੋਹਫ਼ਾ ਦਿੱਤਾ ਸਾਨੂੰ ਨਹੀਂ ਪੈਸੇ ਨਹੀਂ ਇਹਨੂੰ ਲੈ ਇਹ ਮੈਨੂੰ ਗਿਫਟ ਦਿੱਤਾ ਨੇ ਦੂਜੀ ਵਾਰ ਆਉਣ ਦਾ ਮੈਂ ਤਾਂ ਜ਼ਿੰਮੀਦਾਰਾਂ ਭਰਾਵਾਂ ਨੂੰ ਮਸ਼ਵਰਾ ਇਹ ਦਿਆਂਗਾ ਕਿ ਡਿਲੈਕਸ ਜਿਹੜਾ ਨਾ ਬਿਲਕੁਲ ਨਾ ਲਵੋ ਦੂਜਾ ਸਾਦਾ 4-wheel ਲਵੋ ਹਾਂਜੀ ਇਹਦੀ ਕੀਮਤ ਵੀ ਜ਼ਿਆਦਾ ਤੇ ਦੂਜਾ ਐਡਾ ਚੇਂਜ ਵੀ ਪਾਏਦਾਰ ਨਹੀਂ ਇਸ ਤੋਂ ਪਹਿਲੇ ਮੇਰੇ ਕੋਲ 22 ਮਾਡਲ ਟਰੈਕਟਰ ਸੀ ਮਾਸ਼ਾ ਅੱਲਾਹ ਜੈਨੂਅਨ ਇਹ ਤਿਕਰਾਂ ਚੱਲ ਰਿਹਾ ਇਹ ਜਿੱਦਣ ਦਾ ਕਰਮਾ ਵਾਲਾ ਗਿਆ ਇਹਦੇ 20 ਨੁਕਸੇ ਹੀ ਨੇ ਜਿਹੜੇ ਮੈਂ ਦੂਰ ਬਾਹਰੋਂ ਬਾਹਰ ਹੀ ਕਰਵਾਏ ਨੇ ਕਲੇਮ ਤੋਂ ਹਟ ਕੇ ਬਾਕੀ ਇਹ ਤਾਂ 20 ਘੰਟੇ ਟੋਟਲ ਚੱਲਿਆ ਹੁਣ ਮੈਂ ਖੈਰ ਅੱਗੇ ਚੱਲੇ ਦਾ ਪਤਾ ਚੱਲੇ ਦਾ ਹਾਂਜੀ ਦੂਸਰੀ ਦਫ਼ਾ ਲਾਇਆ ਪਹਿਲੇ ਉਹ ਦੂਸਰਾ ਕੈਬਨ ਲਾਇਆ ਸੀ ਕੈਬਨ ਚੇਂਜ ਕਰਨ ਵਾਸਤੇ ਲਿਆਂਦਾ ਕੈਬਨ ਚ ਇੱਕ ਤਾਂ ਉਹਦੇ 'ਚ ਘੱਟਾ ਆਉਂਦਾ ਸੀ ਗਰਦੋ ਗੁਬਾਰ ਪਾਣੀ ਵਾਟਰ ਯਾਨੀ ਕਿ ਜਦੋਂ ਟਰੈਕਟਰ ਨੂੰ ਸਰਵਿਸ ਕਰਨਾ ਉਹ ਪਾਣੀ ਵਿੱਚ ਆਉਣਾ ਹਾਂਜੀ ਮਰਗਾਟਾਂ ਦੀ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹ ਚੀਜ਼ਾਂ ਇੱਕ ਕੈਮਰਾ ਨੇੜੇ ਲਿਆਓ ਮਤਲਬ ਹਾਂ ਇਹ ਚੀਜ਼ਾਂ ਇੱਥੋਂ ਘੱਟਾ ਆਉਂਦਾ ਸੀ ਅੰਦਰ ਇਹ ਦੇਖੋ ਹੁਣ ਸੈਨ ਬਿਲਕੁਲ ਇਹ ਟਾਈਪ ਕੀਤਾ ਕੋਈ ਟੈਨਸ਼ਨ ਵਾਲੀ ਲੱਗਦਾ ਗੱਲ ਨਹੀਂ ਕੰਮ ਕੰਮ ਮਾਸ਼ਾ ਅੱਲਾ ਸੋਹਣਾ ਹੋ ਗਿਆ ਲੋਹਰ ਦੀ ਸੀ ਖਿੱਚਦਾ ਤੇ ਦੂਸਰੇ ਨੰਬਰ ਦੇ ਟਰੈਕਟਰ ਬੰਦ ਹੋ ਗਿਆ ਬਿਲਕੁਲ ਹੀ ਹਾਂਜੀ ਡੈਡ ਹੋ ਗਿਆ ਸੀ ਪਿੰਡ ਦੇ ਵਿੱਚ ਹੀ ਇਹਨੂੰ ਖੁਲਾਇਆ ਉੱਥੋਂ ਚੈੱਕ ਕਰਾਇਆ ਜਿੰਨਾ ਯਾਨੀ ਕਹਿੰਦੇ 30-32,000 ਰੁਪਇਆ ਖਰਚਾ ਆਇਆ ਉੱਥੇ ਆਪ ਹੀ ਕੀਤਾ ਕਲੇਮ 'ਚ ਨਹੀਂ ਕਰਵਾਇਆ ਮੈਂ ਕਿਹਾ ਇੱਥੇ ਟਰੈਕਟਰ ਕਲੇਮ 'ਚ ਗਿਆ ਅਤੇ ਹਸਪਤਾਲ ਲੈ ਜਾਂਦਾ ਕੰਮ ਤੋਂ ਕੰਮ ਮਾਸ਼ਾ ਅੱਲਾ ਸਾਡਾ ਸਿਸਟਮ ਹੀ ਇਹੋ ਜਿਹਾ ਸਾਡੀਆਂ ਕੰਪਨੀਆਂ ਦਾ ਖਾਸ ਤੌਰ 'ਤੇ ਇਹ ਮਿਲਤ ਵਾਲਿਆਂ ਦਾ ਮੈਸੀ ਫਰਗੂਸਾਂ ਜਿਹੜਾ ਇਹ ਬੰਦੇ ਨੂੰ ਜਿਹਨਾਂ ਕਹਿੰਦੇ ਤਾਂ ਮੇਰਾ ਕੰਮ ਤੋਂ ਕੰਮ ਤਕਰੀਬਨ 55-58 ਲੱਖ ਰੁਪਇਆ ਲੱਗ ਗਿਆ ਹਾਂਜੀ ਹਾਂਜੀ ਇਹ ਸ਼ੌਕ ਮੇਰੇ ਅੱਲਾ ਨੇ ਦਿੱਤਾ ਬਸ ਸਮਝ ਲਓ ਪੂਰਾ ਕੀਤਾ ਸ਼ੌਕ ਬਾਕੀ ਆ ਮਾਸ਼ਾ ਅੱਲਾ ਜਾ ਰਿਹਾ